ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਪਤੀ ਨੂੰ ਆਪਣੀ ਪਤਨੀ ਦੇ ਨਜਾਇਜ਼ ਸਬੰਧਾਂ ਦਾ ਪਤਾ ਲੱਗ ਗਿਆ ਸੀ ਤੇ ਉਸ ਨੂੰ ਰੰਗੇ ਹੱਥੀ ਕਾਬੂ ਵੀ ਕਰ ਲਿਆ ਸੀ ਉਸਦੇ ਪ੍ਰੇਮੀ ਦੇ ਨਾਲ। ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਵਿਅਕਤੀ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਪੁਲਿਸ ਨੇ ਮੁਲਜ਼ਮ ਦੀ ਮਾਂ ਅਤੇ ਭਰਾ ਦੇ ਖਿਲਾਫ ਵੀ ਕੇਸ ਦਰਜ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਪਰਿਵਾਰ ਦੇ ਹੱਕ ਦੇ ਵਿੱਚ ਪਿੰਡ ਵਾਲੇ ਨਿਤਰੇ ਨੇ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਬੇਕਸੂਰ ਹੈ। ਹਾਲਾਂਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਵੱਲੋਂ ਇਹ ਕਦਮ ਚੁੱਕਿਆ ਗਿਆ ਕਿਉਂਕਿ ਉਸਦੀ ਪਤਨੀ ਗਲਤ ਸੀ। ਉੱਥੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਦੀ ਮਾਂ ਅਤੇ ਭਰਾ ਦੇ ਖਿਲਾਫ ਜੋ ਕੇਸ ਦਰਜ ਕੀਤਾ ਹੈ ਉਸ ਨੂੰ ਵਾਪਸ ਲਿਆ ਜਾਵੇ ਅਤੇ ਉਹਨਾਂ ਨੂੰ ਕੇਸ ਤੋਂ ਬਾਹਰ ਕੀਤਾ ਜਾਵੇ ਕਿਉਂਕਿ ਉਹ ਦੋਵੇਂ ਬੇਕਸੂਰ ਨੇ। ਇਹ ਮਾਮਲਾ ਮਾਨਸਾ ਦੇ ਪਿੰਡ ਕੋਟਲੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਨਜਾਇਜ਼ ਸਬੰਧਾਂ ਦੇ ਚਲਦੇ। ਪਹਿਲੇ ਇਹ ਮੁੰਡਾ ਰਮਦਾਸ ਸਿੰਘ ਦਾ ਇੱਥੇ ਰਹਿੰਦਾ ਹੈਗਾ, ਇਹਦੇ ਮਾਂ ਪਿਓ ਤੋਂ ਦੂਰ ਰਹਿੰਦੇ ਨੇ, ਪਿਓ ਤਾਂ ਇਹਦਾ ਮਰਿਆ ਹੋਇਆ। ਇਹ ਕਿਤੇ ਕੰਮ ਕੁੰਮ 'ਤੇ ਜਾ ਕੇ ਰਾਤ ਨੂੰ ਪਾਣੀ ਪੂਣੀ ਲਾਉਂਦਾ ਸੁਬਾਹ ਆਇਆ ਸੀ, ਉਹ ਇਹਨੂੰ ਨਜਾਇਜ਼ ਸਬੰਧਾਂ ਦਾ ਸ਼ੱਕ ਪੈ ਗਿਆ। ਉੱਥੇ ਇਹਨਾਂ ਦੀ ਹੱਥੋਪਾਈ ਹੋ ਗਈ, ਉੱਥੇ ਇਹਨੇ ਕਹੀ ਨਾਲ ਆਪਦੇ ਘਰਵਾਲੀ ਨੂੰ ਮਾਰਤਾ। ਇਹ ਮਾਰਨ ਵੇਲੇ ਸੁਣੀ ਦਾ ਵੀ ਇਕੱਲੇ ਹੀ ਸੀ, ਹੋਰ ਇਹਦੇ ਨਾਲ ਕੋਈ ਨਹੀਂ ਸੀ। ਕੀ ਕਾਰਵਾਈ ਹੋਈ ਪਿੰਡ ਦੇ ਵਿੱਚ ਅਤੇ ਕੀ ਮੰਗ ਕਰਦੇ ਹੋ? ਕਾਰਵਾਈ ਤਾਂ ਜਦੋਂ ਇਹਦੇ ਮਰਨ ਵਾਲੀ ਲੜਕੀ ਦੇ ਪੇਕੇ ਆ ਗਏ, ਉਹਨਾਂ ਨੇ ਇਹਦੀ ਸੱਸ, ਇਹ ਮੁੰਡੇ ਦੀ ਮਾਂ ਦਾ ਅਤੇ ਮੁੰਡੇ ਦੇ ਭਰਾ ਦਾ ਅਤੇ ਮੁੰਡੇ ਦੀ ਭਰਜਾਈ ਦਾ ਥਾਣੇ ਵਾਲੇ ਨੂੰ ਨਾਂ ਲਿਖਿਆ ਤਾ ਵੀ ਇਹ ਵਿੱਚ ਨੇ। ਇਹ ਹਾਲਾਂਕਿ ਉਹ ਇਹ ਤੋਂ ਕਿੰਨੀ ਦੂਰ ਰਹਿੰਦੇ ਨੇ, ਅਸੀਂ ਤਾਂ ਪਿੰਡ ਵਾਲੇ ਇਹੀ ਮੰਗ ਕਰਦੇ ਹਾਂ ਵੀ ਉਹਨਾਂ ਦਾ ਇਸ ਕਤਲ ਕੇਸ ਨਾਲ ਕੋਈ ਸੰਬੰਧ ਨਹੀਂ, ਉਹ ਬੰਦੇ ਨਜਾਇਜ਼ ਫਸਾਏ ਜਾ ਰਹੇ ਆ, ਅਸੀਂ ਉਹਨਾਂ ਦੇ ਹੱਕ 'ਚ ਖੜਾਂਗੇ ਸਾਰੇ ਪਿੰਡ ਵਾਲੇ। ਜਿਹੜਾ ਕੋਈ ਸਾਡੇ ਪਿੰਡ ਕੱਲ੍ਹ ਵਾਰਦਾਤ ਹੋਈ ਹੈ, ਵੈਸੇ ਹੋਈ ਬਹੁਤ ਮਾੜੀ ਹੈ, ਆਪਾਂ ਇਹਨੂੰ ਚੰਗੀ ਨਹੀਂ ਕਹਿੰਦੇ, ਪਰ ਘਰ ਦਾ ਜਿਹੜਾ ਮਾਹੌਲ ਹੁੰਦਾ ਜਦੋਂ ਖਰਾਬ ਹੋ ਜਾਂਦਾ, ਫਿਰ ਜਿਹੜਾ ਘਰ ਦਾ ਜ਼ਿੰਮੇਵਾਰ ਹੁੰਦਾ ਉਹ ਇੱਕੇ ਕਦਮ ਚੱਕਦਾ, ਕਿਸੇ ਦਾ ਜੀ ਨਹੀਂ ਕੱਢਦਾ। ਛੋਟੇ ਛੋਟੇ ਜਵਾਕ ਨੇ ਉਹਦੇ ਵਿਚਾਰੇ ਦੇ, ਉਹਨੇ ਕੋਈ ਸਿਰ ਉੱਤੋਂ ਹੀ ਪਾਣੀ ਟੱਪ ਗਿਆ, ਉਹਨੇ ਇਹ ਕੰਮ ਤਾਂ ਕੀਤਾ। ਮਤਲਬ ਜਿਹੜਾ ਦੂਜੀ ਗੱਲ ਹੈ ਵੀ ਉਹ ਦੂਜੇ ਪਰਿਵਾਰ ਦਾ ਨੌਤਰ ਹੈ, ਉਹਦੇ ਭਰਾ ਦਾ, ਤਾਰ ਦਾ, ਉਹਦੀ ਮਾਂ ਜਲ ਕੌਰ, ਹੋਰ ਨਾਲ ਕੋਈ ਕੁੜੀ ਹੈ, ਭੈਣ ਹੈ, ਉਹ ਸਾਰਾਸਰ ਗਲਤ ਹੈ, ਨੌਤਰ ਨਾ ਗਲਤ ਹੈ। ਕਿਉਂ ਬਹੁਤ ਚਿਰ ਦੇ ਉਹ ਅੱਡ ਵਿੱਢ ਨੇ, ਪਹਿਲਾਂ ਉਹਦੇ ਕੋਲ ਹੀ ਰਹਿੰਦੇ ਸੀ, ਉੱਥੇ ਉਹ ਜਿੱਥੇ ਮਤਲਬ ਘਰ ਹੈ ਉਹਨਾਂ ਜਲੋ ਕਾ, ਉੱਥੋਂ ਸਮਾਂ ਇਹ ਕੁੜੀ ਨੇ ਬਕਿਆ ਕੇ ਇੱਥੇ ਘਰ ਦਵਾਇਆ। ਵੀਰਪਾਲ ਕੌਰ ਹੈ ਜੀ, ਵੀਰਪਾਲ ਕੌਰ ਕਹਿੰਦੇ ਨੇ, ਮਤਲਬ ਮੈਨੂੰ ਬਿੱਕਰ ਸਿੰਘ ਹੈ, ਬੰਤਾ ਸਿੰਘ ਦਾ ਮੁੰਡੇ ਸੀ ਇਹ, ਮਤਲਬ ਪਰਿਵਾਰ ਬੰਤਾ ਸਿੰਘ ਦੀ ਡੈਥ ਹੋਈ ਹੈ, ਇਹਨਾਂ ਦੇ ਜਿਹੜਾ ਮੁੰਡਾ ਮਾਰਨ ਵਾਲਾ, ਇੱਕ ਦੋ ਤਾਂ ਬੱਚੇ ਨੇ, ਗੁੜੀਆ ਇੱਕ ਮੁੰਡਾ ਹੈ, ਗੁੜੀਆ ਪਟਿਆਲੇ ਪੜ੍ਹਦੀ ਹੈ, ਮੈਨੂੰ ਲੱਗਦਾ ਛੋਟੀ ਹੋਈ ਹੋਣੀ ਹੈ, ਹਾਂ, ਅਤੇ ਮੁੰਡਾ ਨੀ ਮੈਨੂੰ ਪਤਾ ਵੀ ਕਿੱਥੇ ਪੜ੍ਹਦਾ, ਇੱਥੇ ਆਪਣੀ ਸਰਕਾਰੀ ਸਕੂਲ ਪਿੰਡ 'ਚ ਹੈ। ਅਸੀਂ ਮੰਗ ਇਹ ਕਰਦੇ ਹਾਂ, ਚਲੋ ਉਹਨੇ ਤਾਂ ਕਰਿਆ ਦੇਖੋ ਭੁਗਤੂਗਾ, ਅਸੀਂ ਮੰਗ ਇਹ ਕਰਦੇ ਹਾਂ ਵੀ ਜਿਹੜੇ ਨਜਾਇਜ਼ ਫਸਾਏ ਨਾ, ਮਾਂ ਦਾ ਇਹਦੇ 'ਚ ਕੋਈ ਕਸੂਰ ਨਹੀਂ, ਉਹ ਵਿਚਾਰੀ ਲੋਕਾਂ ਦਾ ਗੋਹਾ ਕੂੜਾ ਸਿੱਟ ਕੇ ਘਰਾਂ ਦੇ ਵਿੱਚ ਟਾਈਮ ਪਾਸ ਕਰਦੀ ਹੈ, ਦੂਜਾ ਭਰਾ ਜਿਹੜਾ ਉਹ ਦਿਹਾੜੀ ਦੱਪਾ ਕਰਦਾ, ਉਹਦਾ ਵਿਆਹ ਹੋਇਆ, ਉਹਦੇ ਘਰ ਵਾਲੀ ਟੀ ਬੀ ਦੀ ਬਿਮਾਰ ਪਈ ਹੈ ਘਰੇ, ਉਹ ਵੀ ਵਿਚਾਰੀ ਮਰਨ ਵਾਲੀ ਹੈ, ਇਹ ਕਈ ਸਾਲਾਂ ਤੋਂ ਅੱਡ ਨੇ, ਕੋਈ ਅੱਜ ਦੇ ਅੱਡ ਨਹੀਂ, ਅੰਦਰ ਵੀ ਜਦੋਂ ਸੀਗੇ ਉਦੋਂ ਵੀ ਅੱਡ ਸੀਗੇ, ਇਹਦੇ ਨਾਲ ਇਹਨਾਂ ਦਾ ਕੋਈ ਦੇਣਾ ਲੈਣਾ ਨਹੀਂ ਗਾ, ਮਤਲਬ ਇਹ ਨਜਾਇਜ਼ ਹੈ। ਅਸੀਂ ਕਹਿੰਦੇ ਵੀ ਜਿਹਨਾਂ 'ਤੇ ਨਜਾਇਜ਼ ਨੌਤਰ ਹੈ, ਨਜਾਇਜ਼ ਪਰਚਾ ਉਹਨਾਂ 'ਤੇ ਕਰਨਾ ਗਲਤ ਹੈ,
ਅਸੀਂ ਨਗਰ ਵਾਲੇ ਮਤਲਬ ਮੰਗ ਕਰਦੇ ਹਾਂ ਵੀ ਉਹਨਾਂ ਦੇ ਜਿਹੜਾ ਪਰਚਾ ਉਹ ਰੱਦ ਹੋਵੇ ਅਤੇ ਜਿਹੜਾ ਦੋਸ਼ੀ ਆ ਉਹਨੂੰ ਤਾਂ ਸਜ਼ਾ ਮਿਲਣੀ ਆ ਗਾ, ਕੋਰਟ ਨੇ ਸਜ਼ਾ ਦੇਣੀ ਹੈ। ਸਾਡੇ ਕਨੂੰ ਤਾਂ ਫਾਂਸੀ ਲੱਗ ਜਾਣੀ, ਸਾਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਦਾ। ਮਤਲਬ ਵੀ ਉਹ ਜਿਹੜੇ ਨਜਾਇਜ਼ ਫਸਾਏ ਜਾਂਦੇ ਨੇ ਜਿਨ੍ਹਾਂ ਨੇ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ, ਐਵੇਂ ਨੌਂ ਧਰਿਆਂ ਦੇ ਮਾਂ ਦਾ ਮੁੰਡੇ ਦੂਜੇ ਭਰਾ ਦਾ ਕੁੜੀ ਦਾ ਭੈਣ ਦਾ, ਉਹ ਨਜਾਇਜ਼ ਹੈ। ਸਾਡੀ ਇਹੀ ਮੰਗ ਹੈ ਸਾਰੇ ਨਗਰ ਵੱਲੋਂ। ਵਾਰਦਾਤ ਤਾਂ ਜੀ ਅਸੀਂ ਤਾਂ ਘਰ ਆ ਸਾਡਾ ਦੂਰ, ਸਾਨੂੰ ਮਗਰੋਂ ਪਤਾ ਲੱਗਿਆ ਵੀ ਉਹਨਾਂ ਦਾ ਆਪ 'ਚ ਕੋਈ ਸਵਰਗ ਉਹ ਲਟਕੀ ਦਾ ਗਲਤ ਸੀਗਾ, ਉਹਨੇ ਗੁੱਸੇ 'ਚ ਆ ਕੇ ਮਾਰੀ ਆ। ਜਦੋਂ ਉਹਨੂੰ ਰੋਟੀ ਪਾਣੀ ਨਹੀਂ ਸੀ ਦਿੰਦੀ, ਚੰਗਾ ਸਮਝਦੀ ਨਹੀਂ ਸੀ, ਅੱਕੇ ਨੇ ਇਹ ਹੂਲਾ ਫੱਕਿਆ। ਅਤੇ ਜਿਹੜੇ ਹੋਰ ਨਜਾਇਜ਼ ਨਾਂ ਨੇ ਉਹ ਤਿੰਨੇ ਕੱਢੇ ਜਾਣੇ ਚਾਹੀਦੇ ਨੇ, ਅਤੇ ਉਹ ਤਾਂ ਦੋਸ਼ੀ ਹੈਗੀ ਹੈ, ਉਹਨੂੰ ਸਜ਼ਾ ਜਿਹੀ ਜੀ ਹੈ ਉਹ ਸਰਕਾਰ ਦੇ ਵੀ। ਵੀ ਸਾਡੇ ਪਿੰਡ ਤਾਂ ਇਹੀ ਬੇਨਤੀ ਹੈ, ਜਿਹੜੇ ਨਜਾਇਜ਼ ਨਾਂ ਨੇ ਉਹ ਕੱਢਣੇ ਚਾਹੀਦੇ ਨੇ। ਥਾਣੇ ਸਦਰ ਤਲਾਹ ਮਿਲੀ ਵੀ ਕੋਟਲੀਗਾ 'ਚ ਇੱਕ ਔਰਤ ਦਾ ਕਤਲ ਹੋ ਗਿਆ। ਸਰ ਗੁਰਪਾਲ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ ਅਤੇ ਹੋਰ ਪੁਲਿਸ ਮੁਲਾਜ਼ਮ ਸਾਰੇ ਮੌਕੇ 'ਤੇ ਗਏ। ਉੱਥੇ ਜਾ ਕੇ ਪਤਾ ਲੱਗਿਆ ਵੀ ਇੱਕ ਲੇਡੀ ਦਾ ਮਰਡਰ ਜਿਹੜਾ ਹੈਗਾ ਹੋ ਗਿਆ। ਉਹਦਾ ਭਰਾ ਹੈਗਾ ਅਮਰੀਕ ਸਿੰਘ ਸਾਨੋਪੰਤ ਸਿੰਘ ਪਿੰਡ ਬਖੌਰਾ ਖੁਰਦ ਜ਼ਿਲ੍ਹਾ ਸਰੂਪ ਤੋਂ। ਉਹਨਾਂ ਦੇ ਬਿਆਨ 'ਤੇ ਮੁਕੱਦਮਾ ਦਰਜ ਕੀਤਾ ਗਿਆ। ਉਹਨਾਂ ਨੇ ਦੱਸਿਆ ਵੀ ਉਹਨਾਂ ਦਾ ਜਿਹੜਾ ਪਹਿਰੋਏ ਸੀ ਮ੍ਰਿਤਕਾ ਦਾ ਪਤੀ ਬਿੱਕਰ ਸਿੰਘ, ਉਹ ਸ਼ੁਰੂ ਤੋਂ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਰਹਿੰਦਾ ਸੀਗਾ। ਸ਼ੱਕੀ ਆਦਮੀ ਸੀ, ਉਹਦੇ ਬਾਰੇ ਝੂਠੀਆਂ ਤੋਹਮਤਾਂ ਲਾਉਂਦਾ ਰਹਿੰਦਾ ਸੀ ਪਹਿਲਾਂ, ਅਤੇ ਲੜਾਈ ਝਗੜਾ ਸ਼ੁਰੂ ਕਰਦਾ ਸੀ। ਕੱਲ੍ਹ ਉਹਨੇ ਤਾਂ ਪਹੀ ਮਾਰ ਕੇ ਕਤਲ ਕਰਤਾ। ਉਹਨਾਂ ਦੇ ਬਿਆਨ 'ਤੇ 104 PNS ਜਿਹੜਾ ਹੈਗਾ ਮੁਕੱਦਮਾ ਦਰਜ ਕਰ ਲਿਆ ਗਿਆ, ਤਫਤੀਸ਼ ਜਾਰੀ ਹੈ। ਸਰ ਕੀ ਮੇਨ ਗੱਲਬਾਤ ਕੀ ਸਾਹਮਣੇ ਆਈ ਹੈ, ਕੀ ਕਿੰਨੇ ਵਿਅਕਤੀਆਂ 'ਤੇ ਜਿਹੜਾ ਪਰਚਾ ਦਰਜ ਹੋਇਆ? ਜਿਹੜਾ ਮੁਕੱਦਮਾ ਹੈਗਾ ਉਹਦੇ 3 ਬੰਦੇ ਨੇ ਨਾਂ ਲਿਖਾਏ। ਮੇਨ ਕਾਤਲ ਹੈਗਾ ਬਿੱਕਰ ਸਿੰਘ, ਉਹਦੀ ਮਾਤਾ ਚਲੋ ਕੌਰ ਅਤੇ ਉਹਦਾ ਛੋਟਾ ਭਰਾ, ਮਤਲਬ ਮ੍ਰਿਤਕਾ ਦਾ ਦਿਓਰ, ਮ੍ਰਿਤਕਾ ਦੀ ਸੱਸ ਅਤੇ ਮ੍ਰਿਤਕਾ ਦਾ ਪਤੀ। ਲੇਕਿਨ ਮਾਰਿਆ ਬਿੱਕਰ ਸਿੰਘ ਨੇ, ਉਹਨਾਂ ਦਾ ਕਹਿਣਾ ਵੀ ਇਹਨਾਂ ਦੋਵਾਂ ਨੇ ਇਸ ਗੱਲ ਨੂੰ ਇੰਸਟੀਗੇਟ ਕੀਤਾ। ਇਹ ਪਹਿਲਾਂ ਵੀ ਉਹਨੂੰ ਭੜਕਾਉਂਦੇ ਰਹਿੰਦੇ ਸੀ ਲੜਾਈ ਝਗੜਾ ਕਰਨ ਵਾਸਤੇ। ਇਹ ਸ਼ੱਕੀ ਕਿਸੇ ਦਾ ਬੰਦਾ ਸੀ, ਆਪਣੀ ਪਤਨੀ ਦੇ ਚਰਿੱਤਰ 'ਤੇ ਪਹਿਲਾਂ ਤੋਂ ਹੀ ਸ਼ੱਕ ਕਰਦਾ ਰਹਿੰਦਾ ਸੀ, ਜਿਹਦੇ ਕਾਰਨ ਇਹ ਕਰਨੀ ਆ। ਸਰ ਕਿਹਦੀ ਕਿਹਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਸ ਮਾਮਲੇ ਵਿੱਚ? ਹਲੇ ਨਿਕਲੀ ਕੋਈ ਦੋਸ਼ੀ ਗ੍ਰਿਫਤਾਰ ਨਹੀਂ ਹੋ ਸਕਿਆ, ਲੇਕਿਨ ਪਾਰਟੀਆਂ ਬਣਾਈਆਂ ਗਈਆਂ ਨੇ। ਅਸੀਂ ਸਾਨੂੰ ਉਮੀਦ ਹੈ ਕਿ ਅਸੀਂ ਛੇਤੀ ਛੇਤੀ ਜਿਹੜੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਵਾਂਗੇ। ਸਰ ਪਤਾ ਲੱਗਿਆ ਵੀ ਜਿਹੜੀ ਔਰਤ ਦਾ ਕਤਲ ਹੋਇਆ ਉਹ ਇੱਕ ਕਰੈਕਟਰਲੈਸ ਸੀਗੀ, ਇਸ ਕਰਕੇ ਇਹ ਕਤਲ ਹੋਇਆ? ਨਹੀਂ ਦੇਖੋ, ਆਪਾਂ ਕਿਸੇ ਦੇ ਕਹਿਣ 'ਤੇ ਪਤਾ ਲੱਗਿਆ ਤਾਂ ਕਿਸੇ ਨੂੰ ਚਰਿੱਤਰਵਾਨ ਜਾਂ ਚਰਿੱਤਰਹੀਨ ਨਹੀਂ ਕਹਿ ਸਕਦੇ ਕਿ ਉਹਦੇ ਪਤੀ ਦੀ ਤੁਮਤ ਹੈ। ਜਿਹਦੇ ਬਾਰੇ ਕੋਈ ਪੁਖਤਾ ਸਬੂਤ ਮਿਲੂਗਾ ਜਾਂ ਜਿਹੜੇ ਦੋਸ਼ੀ ਨੇ ਗ੍ਰਿਫਤਾਰ ਹੋਣ ਉਪਰੰਤ ਕੋਈ ਐਸਾ ਸਬੂਤ ਪੇਸ਼ ਕਰਨਗੇ, ਫਿਰ ਅਸੀਂ ਇਹਦੇ ਬਾਰੇ ਗੱਲ ਕਹਿ ਸਕਦੇ ਹਾਂ। ਕਿਸੇ ਦੀ ਸ਼ੱਕ ਦੀ ਬਿਨਾਂ 'ਤੇ, ਕਿਸੇ ਤੁਮਤ ਦੇ ਬਿਨਾਂ 'ਤੇ ਕਿਸੇ ਦੇ ਚਰਿੱਤਰ ਬਾਰੇ ਕੋਈ ਲਫ਼ਜ਼ ਨਹੀਂ ਕਿਹਾ ਸਕਦਾ। ਦੂਜੀ ਗੱਲ ਇਹ ਹੈ ਵੀ ਕਿਸੇ ਵਿਅਕਤੀ ਦਾ ਜਿਹੜਾ ਬਾਲਗ ਹੈ ਉਹਦਾ ਕਿਸੇ ਵੀ ਜਿਹੜਾ ਹੈਗਾ ਕਿਸੇ ਆਪਣੇ ਵਿਆਹੇ ਹੋਣ ਦੇ ਬਾਵਜੂਦ ਕਿਸੇ ਔਰਤ ਦਾ ਕਿਸੇ ਦੂਸਰੇ ਬੰਦੇ ਦਾ ਸੰਬੰਧ ਹੋਣਾ, ਕਿਸੇ ਦੂਸਰੇ ਬੰਦੇ ਕਿਸੇ ਵਿਆਹੇ ਹੋਏ ਬੰਦੇ ਦਾ ਕਿਸੇ ਔਰਤ ਦਾ ਸੰਬੰਧ ਹੋਣਾ, ਇਹ ਸਜ਼ਾਯੋਗ ਅਪਰਾਧ ਨਹੀਂ ਗਾ। ਇਹ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਿਆ। ਉਹਨਾਂ ਨੇ ਕਿਹਾ ਵੀ ਜੇ ਕੋਈ ਪਤੀ ਪਤਨੀ ਆਪਣੇ ਸਪਾਊਸ ਦੇ ਨਾਲ ਇਮਾਨਦਾਰ ਨਹੀਂ ਹੈਗਾ, ਇਹ ਤਲਾਕ ਲੈਣ ਵਾਸਤੇ ਸੋਲਿਡ ਗਰਾਊਂਡ ਹੈ, ਲੇਕਿਨ ਉਹਨੂੰ ਸਜ਼ਾ ਨਹੀਂ ਦਵਾਈ ਜਾ ਸਕਦੀ। ਇਹ ਕੋਈ ਐਸਾ ਅਪਰਾਧ ਨਹੀਂ ਜਿਸ 'ਚ ਕਿਸੇ ਨੂੰ ਦੰਡ ਦਿੱਤਾ ਜਾਵੇ।